ਮੈਂ ਪਲੱਸ ਟੂ ਕਰੀ ਹੋਈ ਸੀਗੀ ਮੈਡੀਕਲ ਸਟਰੀਮ ਦੇ ਵਿੱਚ ਅਤੇ ਮੇਰੇ 58% ਮਾਰਕਸ ਸੀਗੇ। ਉਸ ਤੋਂ ਬਾਅਦ ਮੈਂ ਕਾਫੀ ਟਾਈਮ ਵੇਸਟ ਕੀਤਾ ਅਤੇ ਮੇਰਾ ਵੀਜ਼ਾ ਨਹੀਂ ਸੀ ਲੱਗਿਆ। 5 to 6 years ਦਾ ਗੈਪ ਸੀ ਮੇਰਾ ਅਤੇ ਹੁਣ ਵੀਜ਼ਾ ਗੁਰੂ ਸਟੱਡੀ ਅਬਰੋਡ ਤੋਂ ਮੇਰਾ ਵੀਜ਼ਾ ਅਪਰੂਵ ਹੋਇਆ ਤਾਂ ਮੈਂ ਸਾਰਿਆਂ ਨੂੰ ਇਹੀ ਰੈਕਮੈਂਡ ਕਰੂੰਗੀ ਕਿ ਇੱਥੇ ਆ ਕੇ ਵਿਜ਼ਿਟ ਕਰਨ ਅਤੇ ਆਪਣਾ ਵੀਜ਼ਾ ਅਪਰੂਵ ਕਰਾਓ। ਜੀ 2018 ਦੇ ਵਿੱਚ ਤੁਸੀਂ ਪਲੱਸ ਟੂ ਕੀਤੀ, ਉਸ ਤੋਂ ਬਾਅਦ ਕੋਈ ਫੇਕ ਡਾਕੂਮੈਂਟ ਤਾਂ ਨਹੀਂ ਲਾਇਆ? ਨੋ ਸਰ। ਔਰ 6 ਸਾਲ ਦੇ ਨਾਲ ਤੁਹਾਡਾ ਵੀਜ਼ਾ ਆ ਗਿਆ 6 ਸਾਲ ਗੈਪ ਦੇ ਨਾਲ। ਫਰੈਂਡਸ, ਇਹਨਾਂ ਦੇ 5.5 ਰੀਡਿੰਗ ਦੇ ਵਿੱਚ ਓਵਰਆਲ 6 ਬੈਂਡ ਸੀ। ਸੋ ਬਹੁਤ ਜ਼ਿਆਦਾ ਮਤਲਬ ਟਾਈਮ ਵੇਸਟ ਕਰਨ ਤੋਂ ਬਾਅਦ ਇਹਨਾਂ ਦਾ ਵੀਜ਼ਾ ਆਇਆ, ਤਾਂ ਪੈਕੇਜ ਦੇ ਵਿੱਚ ਇਹਨਾਂ ਦਾ ਵੀਜ਼ਾ ਲੱਗਿਆ। ਸੋ ਇਹ ਜਾ ਰਹੇ ਆ ਹੁਣ ਉੱਥੇ, ਅਸੀਂ ਇਹਨਾਂ ਨੂੰ ਲੀਵੀਆਂ ਪ੍ਰੋਵਾਈਡ ਕਰਵਾਵਾਂਗੇ ਜਾਂ ਪਬਲਿਕ ਕਾਲਜ ਨੈਕਸਟ ਈਅਰ ਲੈ ਕੇ ਆਪਣੀ ਲਾਈਫ ਬਣਾ ਸਕਦੇ। ਸੋ ਜਿਸ ਦਾ ਪਬਲਿਕ ਕਾਲਜ ਦੇ ਵਿੱਚ ਵੀਜ਼ਾ ਨਹੀਂ ਆ ਸਕਦਾ, ਉਹਨਾਂ ਨੂੰ ਮੇਰੀ ਸੁਜੈਸ਼ਨ ਆ ਕਿ ਤੁਸੀਂ ਪ੍ਰਾਈਵੇਟ ਕਾਲਜ 'ਚ ਜ਼ਰੂਰ ਟਰਾਈ ਕਰਿਓ, ਕਿਉਂਕਿ ਸਾਡਾ ਆਪਣਾ ਐਕਸਪੀਰੀਅੰਸ ਆ ਕਿ ਅਗਰ ਤੁਸੀਂ ਪ੍ਰਾਈਵੇਟ ਕਾਲਜ 'ਚ ਅਪਲਾਈ ਕਰਦੇ ਹੋ ਤੁਹਾਡਾ 100% ਵੀਜ਼ਾ ਆਉਂਦਾ।